ਜਲੰਧਰ ਵਿਖੇ ਏਅਰਫੋਰਸ ਦੀ ਭਰਤੀ ਦੇਣ ਆਏ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਜਿੱਥੇ ਕਿ ਉਹਨਾਂ ਉੱਤੇ ਕੰਧ ਡਿੱਗਣ ਨਾਲ ਬਿਜਲੀ ਦੀਆਂ ਤਾਰਾਂ ਜੋ ਕਿ ਉਸ ਕੰਧ ਦੇ ਉੱਪਰ ਸਪੋਰਟ ਵਜੋਂ ਲਗਾਈਆਂ ਗਈਆਂ ਸਨ, ਉਹ ਬੈਠੇ ਹੋਏ ਨੌਜਵਾਨਾਂ ਉੱਤੇ ਡਿੱਗ ਪਈਆਂ, ਜਿਸ ਕਾਰਨ ਕੁਛ ਅੱਧੇ ਦਰਜਨ ਤੋਂ ਵੀ ਜ਼ਿਆਦਾ ਬੱਚੇ ਉਸ ਕਰੰਟ ਦੇ ਸ਼ਿਕਾਰ ਹੋ ਗਏ ਨੇ ਅਤੇ ਉਹਨਾਂ ਨੂੰ ਉਸ ਤੋਂ ਬਾਅਦ ਸਿਵਲ ਹਸਪਤਾਲ ਵਿੱਚ ਐਡਮਿਟ ਕਰਾਇਆ ਗਿਆ ਹੈ। ਨੌਜਵਾਨਾਂ ਨੇ ਇਹ ਵੀ ਦੱਸਣਾ ਹੈ ਕਿ ਉਹਨਾਂ ਦੀ ਕਿਸੇ ਨੇ ਮਦਦ ਨਹੀਂ ਕੀਤੀ, ਸਗੋਂ ਕਿ ਜੋ ਕਿ ਨੌਜਵਾਨ ਭਰਤੀ ਦੇਣ ਆਏ ਹੋਏ ਸਨ ਉਹਨਾਂ ਨੇ ਹੀ ਇੱਕ ਦੂਜੇ ਦੀ ਮਦਦ ਕੀਤੀ ਅਤੇ ਬੱਚਿਆਂ ਨੂੰ ਹੋਸਪਿਟਲ ਪਹੁੰਚਾਇਆ। ਪ੍ਰਸ਼ਾਸਨ ਵੱਲੋਂ ਇਸ ਉੱਤੇ ਨਾ ਹੀ ਕੋਈ ਪੁੱਛਗਿੱਛ ਕੀਤੀ ਗਈ, ਨਾ ਹੀ ਕੋਈ ਸਾਧਨ ਦਿੱਤੇ ਗਏ ਸਨ ਬੱਚਿਆਂ ਨੂੰ ਹੋਸਪਿਟਲ ਤੱਕ ਲਿਜਾਣ ਲਈ। ਜ਼ਿਕਰ ਖਾਸ ਹੈ ਕਿ ਜਦੋਂ ਬੱਚੇ ਭਰਤੀ ਦੇਣ ਆਏ ਸਨ ਉਹਨਾਂ ਲਈ ਵੀ ਕੋਈ ਰਹਿਣ ਦਾ ਕੋਈ ਪ੍ਰਬੰਧ ਨਹੀਂ ਸੀ, ਜਿਸ ਕਰਕੇ ਬੱਚੇ ਜਿੱਥੇ ਇਹਨਾਂ ਨੂੰ ਜਗ੍ਹਾ ਮਿਲੀ ਜਾਂ ਫਿਰ ਗਾਰਡਨਾਂ ਜਾਂ ਫਿਰ ਕੰਧਾਂ ਦੇ ਕੋਲ ਉਹ ਲੇਟ ਗਏ ਸਨ। ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਦੇ ਚੈਨਲ।